ਪੇਕੇ ਮਿਲਣ ਆਈ ਲੜਕੀ ਦੀ ਹੋਈ ਮੌਤ। ਸੈਰ ਕਰਦੇ ਸਮੇਂ ਕੁੱਤਿਆਂ ਨੇ ਕੀਤਾ ਹਮਲਾ। ਦੋ ਬੱਚਿਆਂ ਦੀ ਮਾਸੀ ਹਰਜੀਤ ਕੌਰ, ਲੜਕੀ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ। ਤੁਹਾਨੂੰ ਦੱਸ ਦਈਏ ਕਿ ਪੇਕੇ ਮਿਲਣ ਆਈ ਇੱਕ ਔਰਤ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮੌਤ ਦੀ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਔਰਤ ਸਵੇਰੇ ਸਵੇਰੇ 5 ਵਜੇ ਸੈਰ ਕਰਨ ਨਿਕਲਦੀ ਹੈ, ਜਿਸ ਤੋਂ ਬਾਅਦ ਰਸਤੇ ਵਿੱਚ ਅਵਾਰਾ ਕੁੱਤੇ ਉਸ ਤੇ ਹਮਲਾ ਕਰ ਦਿੰਦੇ ਨੇ, ਜਿਸ ਦੇ ਬਾਅਦ ਔਰਤ ਜ਼ਖਮੀ ਹੋ ਜਾਂਦੀ ਹੈ। ਜਦੋਂ ਲੜਕੀ ਘਰ ਵਾਪਸ ਨਹੀਂ ਆਉਂਦੀ ਤਾਂ ਪਰਿਵਾਰਕ ਮੈਂਬਰ ਉਸ ਨੂੰ ਲੱਭਣ ਜਾਂਦੇ ਨੇ। ਰਾਹ ਵਿੱਚ ਉਸ ਨੂੰ ਜ਼ਖਮੀ ਹਾਲਤ ਵਿੱਚ ਦੇਖਦੇ ਨੇ। ਜਦੋਂ ਉਸ ਨੂੰ ਹਸਪੀਟਲ ਲਿਜਾਇਆ ਜਾਂਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜਿੱਥੋਂ ਉਸ ਨੂੰ ਚੁੱਕਿਆ ਜਾਂਦਾ ਹੈ ਤਾਂ ਉੱਥੇ ਕੁਝ ਅਵਾਰਾ ਕੁੱਤੇ ਬੈਠੇ ਹੁੰਦੇ ਨੇ, ਜਿਨ੍ਹਾਂ ਵੱਲੋਂ ਇਸ ਔਰਤ ਤੇ ਹਮਲਾ ਕੀਤਾ ਜਾਂਦਾ ਹੈ। ਦੱਸ ਦਈਏ ਕਿ ਇਸ ਔਰਤ ਦੇ ਦੋ ਬੱਚੇ ਨੇ, ਇੱਕ ਦੀ ਉਮਰ 8 ਸਾਲ ਤੇ 4 ਸਾਲ ਦੀ ਹੈ ਅਤੇ ਇਸਦਾ ਪਤੀ BSF ਵਿੱਚ ਨੌਕਰੀ ਕਰਦਾ ਹੈ। ਕਾਫੀ ਸਮੇਂ ਬਾਅਦ ਆਪਣੇ ਪਿੰਡ ਆਈ ਸੀ ਆਪਣੇ ਮਾਪਿਆਂ ਨੂੰ ਮਿਲਣ। ਮੇਰੀ ਬੇਟੀ ਘਰੋਂ ਸ਼ਹਿਰ ਕਰਨ ਗਈ, ਮੈਂ 15 ਕੁ ਮਿੰਟ ਉਡੀਕੀ, ਮੈਂ 2 ਵਾਰੀ ਬਾਹਰ ਗਈ, ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਹਜੇ, ਮੈਂ ਮਗਰ ਚੱਲ ਗਈ। ਇੱਦਾਂ ਹੀ ਜਾਂਦੇ ਜਾਂਦੇ ਮੈਂ ਵੇਖਿਆ ਅਤੇ ਮੈਨੂੰ ਲੱਭੀ ਨਹੀਂ, ਮੈਂ ਫਿਰ ਹੋਰ ਥੋੜ੍ਹੀ ਜਿਹੀ ਗਾੜੀ ਚੱਲ ਗਈ। ਜਦੋਂ ਮੈਂ ਜਾ ਕੇ ਵੇਖਿਆ ਅਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ, ਮੈਂ ਬੋਤਲ ਚੁੱਕੀ ਕੁੱਤਿਆਂ ਨੇ ਮਾਰੀ, ਮੈਨੂੰ ਬੋਤਲ ਨਹੀਂ ਲੱਭੀ, ਹੋਰ ਤਾਂ ਕੁੱਖ ਨਹੀਂ ਲੱਭਾ, ਮੈਂ ਬੋਤਲ ਮਾਰੀ ਤਾਂ ਉਹ ਮੈਨੂੰ ਪੈ ਗਏ। ਮੈਂ ਮੁੰਡਾ ਜਾ ਦਿਆ ਸਾਡਾ, ਮੈਂ ਕਿਹਾ ਵੀ ਪੁੱਤ ਰੋਕੀ ਮੇਰੀ ਕੁੜੀ ਖਾ ਲਈ, ਪਰ 4-5 ਜਣੇ ਹੋਰ ਹੀ, ਮੈਂ ਉਹਨਾਂ ਨੂੰ ਸ਼ੈਂਤਾਂ ਮਾਰੀਆਂ, ਫਿਰ ਉਹ ਵੀ ਦੌੜੇ ਆਏ, ਇੱਕ ਹੀ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ, ਫਿਰ ਭੱਜੇ। ਜਦੋਂ ਮੈਂ ਚੁੱਕ ਕੇ ਵੇਖੀ ਆਪਣੀ ਧੀ ਨੂੰ ਨਾਲ ਲਾਈ, ਮੇਰੀ ਧੀ ਆਉਂਦੀ ਬੇਟੀ ਸਾਹ ਪ੍ਰਣ ਹੈਗੀ ਜਾਂ ਖਤਮ ਹੋ ਚੁੱਕੀ? ਉਹ ਸਾਹ ਕੋਈ ਨਹੀਂ ਉਹਦਾ। ਕੀ ਮੰਗ ਕਰਦੇ? ਉਹ ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ। ਤਹਿਲਕਾ ਨਿਊਜ਼ ਚੈਨਲ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ, ਤਹਿਲਕਾ ਨਿਊਜ਼। ਤਹਿਲਕਾ ਨਿਊਜ਼। ਤਹਿਲਕਾ ਨਿਊਜ਼।